हेलो फ्रेंड्स, आप जी का साडे यूट्यूब चैनल में बहुत बहुत स्वागत है। आज दी वीडियो दे विच असी डिस्कस करांगे कि जो ETT दियां इत्थे 5594 पोस्टां निकलियां दे विच काफ़ी अदर स्टेट वाले बच्चों नूं प्रॉब्लम आ रही है कि उन्हां दा जिहड़ा बैंक अकाउंट है वह ऐड नहीं हो रहा। उन्होंने किवें ऐड करना है बैंक अकाउंट अपना, प्लस ये जिहड़ा बैंक अकाउंट है इहदा प्रोसैस की है, ये कादे लई यूज हुंदा है, पूरा प्रोसैस मैं तुहानूं दसूंगा। काफ़ी बच्चों ने डाउट है कि कल नूं जिले साड़ी सिलेक्शन वगैरह हो जाती है कि सैलरी वगैरह साड़ी इहदे विच आऊगी, ये भी मैं तुहाडा डाउट क्लीयर करूँगा। सो फॉर्म फिलिंग तो बाद आपां जिले लॉगिन करते हैं, मैं तुहानूं एक बार फिर प्रूफ समझा दिना है। रेशन टाइम जो तुसीं करदे कोई भी बैंक चक लोगे तो कोई इशू नहीं है। इत्थे जो आपां देखो आपां फिल इत्थे आपां देखते हैं, चलो जी फिल एप्लीकेशन डिटेल दे अंदर या जनरल प्रोफाइल के अंदर ही ताड़ी बैंक डिटेल है। जनरल प्रोफाइल अंदर जाके तुसी आ देख सकते हो, ये बैंक की डिटेल सिर्फ अते सिर्फ पंजाब की चकदा है पहला। ठीक है जी, क्वेश्चन का आंसर बच्चों का सी कि सर साडा बैंक नहीं चकदा पिया। अदर स्टेट वाले स्पैशली मैनू आ रहे हैं मैसेज कि सर साडा बैंक नहीं चकदा पिया, तो आपां की करिए। ठीक है जी, ज़्यादा हरियाणा राजस्थान के कमेंट्स आ रहे हैं या मैसेज आ रहे हैं व्हाट्सएप पर। सो देखो फ्रेंड्स, अगर ताडा कोई पंजाब का रिलेटिव वगैरह हैगा तुसी उन्हां दा इत्थे अकाउंट फिल कर दो। ठीक है जी, कोई ट्रस्टड ਤੁਹਾਡਾ ਹੈਗਾ, ਜਿੱਦਾਂ ਕਿ ਤੁਹਾਡਾ ਲਾ ਲਓ ਕੋਈ ਖਾਸ ਫਰੈਂਡ ਹੈ ਜਾਂ ਕੋਈ ਰਿਲੇਟਿਵ ਹੈਗਾ ਹੈ, ਉਹਦਾ ਅਕਾਊਂਟ ਨੰਬਰ ਫਿਲ ਕਰ ਦਿਓ, ਉਹਦਾ FSC ਕੋਡ ਪਲੱਸ ਉਹਨਾਂ ਦੱਸ ਵੀ ਦਿਓ ਕਾਹਦੇ ਵਾਸਤੇ ਯੂਜ਼ ਹੋਣਾ। ਅੱਜ ਕੱਲ੍ਹ ਲੋਕ ਵਹਿਮੀ ਬਹੁਤ ਹੈ। ਠੀਕ ਹੈ, ਅਗਰ ਕੋਈ ਨਹੀਂ ਮੰਨਦਾ ਤੁਸੀਂ ਮੇਰਾ ਵੀ ਫਿਲ ਕਰ ਸਕਦੇ ਹੋ। ਠੀਕ ਹੈ ਜੀ, ਪਹਿਲਾ ਡਾਊਟ ਦਾ ਆਨਸਰ। ਦੂਸਰਾ, ਇਹਦੇ ਵਿੱਚ ਕੋਈ ਵੀ ਤੁਹਾਡੀ ਸੈਲਰੀ ਵਗੈਰਾ ਨਹੀਂ ਆਉਣੀ, ਇਹ ਇਸ ਕਰਕੇ ਤੁਹਾਡਾ ਅਕਾਊਂਟ ਨੰਬਰ ਦਿੱਤਾ ਗਿਆ, ਇੱਥੇ ਮੰਗਿਆ ਗਿਆ ਕਿ ਕੱਲ੍ਹ ਨੂੰ ਲਾ ਲਓ ਕਿ ਭਰਤੀ ਕੈਂਸਲ ਹੋ ਜਾਂਦੀ ਹੈ। ਠੀਕ ਹੈ ਜੀ, ਕਾਫੀ ਬੱਚਿਆਂ ਨੂੰ ਇੱਥੇ ਡਾਊਟ ਵੀ ਹੋ ਜਾਂਦਾ ਹੋਣਾ ਕਿ ਵਾਕਈ ਨਾਲ ਭਰਤੀ ਕੈਂਸਲ ਹੋ ਜਾਏ। ਦੇਖੋ ਫਰੈਂਡਸ, ਇੱਦਾਂ ਕੁਛ ਨਹੀਂ ਹੈ। ਵੈਸੇ ਮੈਂ ਤੁਹਾਨੂੰ ਦੱਸਦਾ ਪਿਆ ਕਿ ਬਾਈ ਚਾਂਸ ਡਿਊ ਟੂ ਸਮ ਰੀਜ਼ਨਸ ਭਰਤੀ ਕੈਂਸਲ ਹੋ ਜਾਂਦੀ ਹੈ, ਤਾਂ ਉਹਨਾਂ ਨੇ ਕੀ ਕਰਨਾ, ਜਿੰਨੀ ਫੀਸ ਲਈ ਹੈ ਰਿਫੰਡ ਤਾਂ ਕਰਨੀ ਹੈ। ਵੈਸੇ ਤਾਂ ਰਿਫੰਡ ਬੜੀ ਘੱਟ ਕਰਦੇ ਹੈ ਫਿਲਹਾਲ, ਫਿਰ ਵੀ ਕਿਤੇ ਗੌਰਮੈਂਟ ਦਾ ਮੂਡ ਬਦਲ ਜਾਏ ਕਿ ਫੀਸ ਬੱਚੇ ਨੂੰ ਰਿਫੰਡ ਕਰਨੀ ਹੈ, ਤਾਂ ਉਹ ਕਿਤੇ ਕਰੋਗੇ, ਆਹ ਬੈਂਕ ਅਕਾਊਂਟ 'ਤੇ ਕਰੋਗੇ, ਆਹ ਜਿਹੜਾ ਤੁਸੀਂ ਫਿਲ ਕੀਤਾ। ਠੀਕ ਹੈ, ਵੈਸੇ ਤਾਂ ਨੋਰਮਲੀ ਇਹ ਡਿਟੇਲ ਤਾਂ ਹੀ ਮੰਗੀ ਜਾਂਦੀ ਹੈ, ਅਤੇ ਵਿਦਆਊਟ ਫਿਲਿੰਗ ਦੀਜ਼ ਡਿਟੇਲ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਫੋਰਮ 'ਤੇ। ਅਤੇ ਇੱਕ ਹੋਰ ਬੱਚਿਆਂ ਦਾ ਕੁਐਸਚਨ ਸੀਗਾ ਕਿ ਸਰ ਆਪਾਂ ਫੋਟੋ ਸੈਲਫ ਅਟੈਸਟਡ ਅਪਲੋਡ ਨਹੀਂ ਕੀਤੀ, ਹੁਣ ਕੀ ਹੋਊਗਾ, ਸਾਡੀ ਫੋਰਮ ਰਿਜੈਕਟ ਤਾਂ ਨਹੀਂ ਹੋ ਜਾਊਗਾ। ਇੱਕ ਉਹਦਾ ਆਨਸਰ, ਪਲੱਸ BEd ਵਾਲੇ ਇਹ ਫੋਰਮ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ, ਇਹਦਾ ਆਨਸਰ ਮੈਂ ਆਲਰੇਡੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ। ਆਲਸੋ ਦੋ ਕੈਟੇਗਰੀ ਜਾਂ ਦੋ ਤੋਂ ਵੱਧ ਕਿਵੇਂ ਅਪਲਾਈ ਕਰੀਏ ਉਹਦਾ ਵੀ ਵੀਡੀਓ ਅਪਲੋਡ ਕੀਤਾ ਗਿਆ, ਤੁਹਾਨੂੰ ਵੀ ਤੁਸੀਂ ਦੇਖ ਸਕਦੇ ਹੋ। ਸੋ ਇਹ ਸੀ ਤੁਹਾਡਾ ਆਨਸਰ ਕਿ ਪੰਜਾਬ ਦਾ ਤੁਸੀਂ ਇੱਥੇ ਕੋਈ ਵੀ ਬੈਂਕ ਅਕਾਊਂਟ ਫਿਲ ਕਰ ਸਕਦੇ ਹੋ, ਅਦਰ ਸਟੇਟ ਦਾ ਨਹੀਂ ਫਿਲ ਕਰ ਸਕਦੇ। ਬਾਕੀ ਇੱਦਾਂ ਦੀ ਅਪਡੇਟ ਵਾਸਤੇ ਜ਼ਰੂਰ ਫਰੈਂਡਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਅਤੇ ਨੀਡੀ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਨਾ, ਸੋ ਡੈਟ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਹਾਡੇ ਬਾਕੀ ਫਰੈਂਡਸ ਤੱਕ ਵੀ ਪੁੱਜ ਸਕੇ। ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ।